ਵਾਹਿਗੁਰੂ ਖਾਲਸਾ ਬਾਈ ਫਤਿਹ। ਪੰਜਾਬੀ ਟ੍ਰਿਬਿਊਨ ਦਾ ਪਹਿਲਾ ਕਾਲਮ ਇਸ ਪ੍ਰਕਾਰ ਹੈ, ਪ੍ਰਕਾਸ਼ ਬਾਦਲ ਨੂੰ ਪੋਲਟਰੀ ਹਸਪਤਾਲ ਤੋਂ ਛੁੱਟੀ ਮਿਲੀ। ਹੁਣ ਸਿੰਘ ਨਹੀਂ ਲਾਇਆ ਕਰਨਾ ਕਿਉਂਕਿ ਇਹ ਬੰਦਾ RSS ਦਾ, ਪ੍ਰਕਾਸ਼ ਕੁਮਾਰ ਗਿੱਲ ਦਾ ਵੀ ਠੀਕ ਰਹੇਗਾ। ਅਤੇ ਇਹ ਭਾਈ ਉਹਨੂੰ ਇੰਨੀ ਅਕਲ ਹੈਗੀ ਵੀ ਇੰਨੀ ਠੰਡ ਏ, ਕਰੋਨਾ ਦਾ ਤੋਂ ਮਰੀਜ਼ ਹੈ ਅਤੇ ਅਜੇ ਹੀ ਇਲੈਕਸ਼ਨ ਕੰਪੇਨ ਤੋਂ ਤੁਹਾਨੂੰ ਵੇਅਰ ਨਹੀਂ ਹੈਗੀ ਜੋ ਸਿੱਖਾਂ 'ਤੇ ਕੋਈ ਜ਼ੁਲਮ ਹੁੰਦਾ ਅਤੇ ਉਹਦਾ ਤੂੰ ਘੁੱਗਾ ਸੁੱਤਾ ਰਹਿਣਾ। ਅਤੇ ਹੁਣ ਇਲੈਕਸ਼ਨ ਨੇੜੇ ਆਈ ਏ ਅਤੇ ਇਸ ਬੁੱਢੇ ਨੂੰ ਵੀ ਅਕਲ ਆ ਗਈ ਕਿ ਮੈਂ ਕੰਪੇਨ 'ਚ ਲਾ ਲਵਾਂ। ਭਾਈ ਜਿੱਤਣਾ ਤਾਂ ਕੋਈ ਨਹੀਂ, ਜਮਾਨਾ ਤੇਰੀ ਜਬ ਤੋਂ ਨਹੀਂ, ਕੁਦਰਤ ਨੇ ਇਸ਼ਾਰਾ ਦੇ ਦਿੱਤਾ ਘਰ ਬਹਿ ਜਾ ਅਤੇ ਕਰੋਨਾ ਟੁਰ ਨਾ ਜਾਈ। ਅਤੇ ਬੇਇੱਜ਼ਤੀ ਤੇਰੀ ਹੋ ਚੁੱਕੀ, ਲੋਕਾਂ ਦਾ ਤੂੰ ਮਾਰ ਚੁੱਕਾ ਅਤੇ ਤੂੰ ਭਰਾ ਮਰਿਆ, ਤੇਰੀ ਮਜ਼ਾਕ ਪ੍ਰਸ਼ੀਸ਼ ਸੀ ਕਿਸੇ ਨਹੀਂ ਕਰਨੀ। ਤੇਰੇ ਜਾਣ 'ਤੇ ਮਿਠਾਈਆਂ ਵੰਡਣੀਆਂ ਨੇ ਅਤੇ ਦੀਵੇ ਜਗਾਉਣੇ ਨੇ, ਦੀਵਾ ਲਾਉਣੀ ਪੰਜਾਬ 'ਚ ਵੀ ਚਲੋ ਇੱਕ ਬੁੱਢਾ ਠੇਲਾ ਜਿਹਾ ਲੁੱਟ ਕੇ ਖਾ ਗਿਆ ਪੰਜਾਬ ਨੂੰ। ਉਹ ਕਿਹਾ ਦੇ ਨੇ ਸਿੱਖੀ ਦਾ ਵੀ ਗਾਣ ਕੀਤਾ, ਜਿਹਨੇ ਮੁਕਤਾ ਦਾ ਵੀ ਗਾਣ ਕੀਤਾ। ਤੇਰੇ ਛੁੱਟੀ ਮਿਲਣ 'ਤੇ ਸਾਨੂੰ ਬੜਾ ਅਫਸੋਸ ਦੱਸਦਾ ਨਹੀਂ ਰਹਿੰਦਾ ਅਤੇ ਆਪਣਾ ਸਿਆਸਤ 'ਚ ਨਾ ਆਉਂਦਾ ਅਤੇ ਪੰਜਾਬ ਬਚਿਆ ਰਹਿੰਦਾ। ਰਾਹੁਲ ਗਾਂਧੀ ਖਿਲਾਫ RSS ਮਾਣ ਕੇ ਸੁਣਵਾਈ ਦੱਸ, ਹਾਂ ਸੱਚਾ ਬੰਦਾ ਹੋਵੇ ਫਿਰ ਕੇਸ ਤਾਂ ਪੈਣਾ ਹੀ ਹੋਏ, ਪਰ ਕੋਈ ਨਹੀਂ, ਕਾਹ ਪੁਰਖ ਵਾਹਿਗੁਰੂ ਆਪੇ ਕੇਸ ਫੜ ਲਏਗਾ। ਲਤਾ ਮੰਗੇਸ਼ਕਰ ਦੀ ਸਿਹਤ ਵਿਗੜੀ, ਗਾਇਕਾ ਮੁੜ ਵੈਂਟੀਲੇਟਰ 'ਤੇ। ਮੈਂ ਪਿੱਛੇ ਕਿਹਾ ਸੀ ਕਿ ਲਤਾ ਜੀ ਦੀ ਜੋ ਸਿਹਤ ਵਿਗੜਦੀ ਹੈ ਸਾਰੇ ਦੇਸ਼ ਨੂੰ ਅਫਸੋਸ ਹੁੰਦਾ, ਪਰ ਉਹਦਾ ਇੱਕ ਬੜੀ ਵੱਡੀ ਕਮੀ ਹੈ, ਇੱਕ ਫਿਰਕਾ ਪ੍ਰਸਤ ਮੋਦੀ ਦੀ ਸਪੋਰਟ ਕੀਤੀ ਹੈ, ਜਦੋਂ ਆਪ ਵੀ ਫਿਰਕਾ ਪ੍ਰਸਤ ਹੋਏਗੀ ਪਤਾ ਨਹੀਂ ਕਿਹੜੇ ਲੱਗ ਜਾਣਾ। ਪਰ ਜਾਣ ਤੋਂ ਪਹਿਲਾਂ ਜਦੋਂ ਹੋਸ਼ ਆਵੇ ਮਾਫ਼ੀ ਮੰਗ ਲਵੇ ਕਿ ਮੈਂ ਫਿਰਕਾ ਪ੍ਰਸਤ ਬਸ ਤੁਰ ਪਈ ਸਾਂ ਅਤੇ ਮੈਂ ਹੁਣ ਸਾਰੇ ਦੇਸ਼ ਦੀ ਸਾਂਝੀ ਹਾਂ ਤਾਂ ਕਿ ਤੇਰੇ 'ਤੇ ਕਲੰਗ ਦਾ ਟਿੱਕਾ ਨਾ ਲੱਗੇ, ਤੂੰ ਸੁਰਖ ਰੁਕ ਜਾਵੇਂ ਵੀ ਭੈਣ ਮੇਰੀਏ, ਤੇਰੀ ਸਿਹਤ ਚੰਗੀ ਹੋਵੇ ਪਰ ਮਾਫ਼ੀ ਜ਼ਰੂਰ ਮੰਗਦੀ। ਅੱਗੇ ਆ ਗਿਆ ਜੀ, ਜਾਂਚ ਏਜੰਸੀਆਂ ਨੂੰ ਵਿਰੋਧੀਆਂ ਖਿਲਾਫ਼ ਵਰਤ ਰਹੀ ਹੈ ਭਾਜਪਾ ਘਰਿਆ, ਆਹ ਘਰਿਆ ਬੱਲਾ ਸ਼ੇਰ ਪੁੱਤਰ ਬਿਲਕੁਲ ਮੇਰੇ ਤਰ੍ਹਾਂ ਹੀ ਹੈ। ਅਤੇ ਇਹ ਜਿਹੜੀ ਸੀ ਨਾ ਭਾਜਪਾ ਜਿੰਨਾ ਮਰਜ਼ੀ ਵਰਤ ਲਵੇ, ਭਾਜਪਾ ਨੂੰ ਲੋਕਾਂ ਨੇ ਮਾਰ ਚੁੱਕੀ ਹੈ, ਸਿਰਫ ਚਲਦੀ ਫਿਰਦੀ ਲਾਸ਼ ਹੀ। ਅਤੇ ਅੱਗੇ ਖਬਰ ਆਉਂਦੀ ਹੈ ਜੀ, ਪੰਜਾਬ ਚੋਣਾਂ ਲਈ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਬਾਰੇ ਫੈਸਲਾ ਅੱਜ, ਰਾਹੁਲ ਗਾਂਧੀ ਲੁਧਿਆਣਾ 'ਚ ਵਰਚੁਅਲ ਰੈਲੀ ਤੋਂ ਕਰਨਗੇ ਐਲਾਨ। ਰਾਹੁਲ ਤਾਂ ਮੈਨੂੰ ਕਿਸੇ ਚੰਗੀ ਸਿਆਣ ਦੀ ਆਸ ਘੱਟ ਹੀ ਹੈ, ਅਤੇ ਇਹ ਦੋ ਦੋ ਚਿਹਰੇ ਲਿਆ ਕੇ ਦੋ ਬੇੜੀਆਂ ਮਿਲਾ ਡੁੱਬਦਾ ਹੀ ਹੁੰਦਾ, ਅਤੇ ਮੇਰਾ ਪਹਿਲਾ ਅਮਲਾ ਤਾਂ ਆਪ ਹੀ ਨਹੀਂ ਹੈਗਾ, ਇਹਦੀ ਪ੍ਰਧਾਨਗੀ ਥੱਲੇ ਕਾਂਗਰਸ ਉਮੀਦਵਾਰੀ ਸੀ ਅਤੇ ਕੈਪਟਨ ਨੇ ਦੋ ਵਾਰੀ ਪੰਜਾਬ ਵਿਧਾਨ ਬਣਾਈ, ਪੰਚਾਇਤੀ ਚੋਣਾਂ ਜਿੱਤੀਆਂ, ਕਾਰਪੋਰੇਸ਼ਨ ਦੀਆਂ ਜਿੱਤੀਆਂ, ਪਰ ਇਹ ਸਿੱਧਾ ਲੈ ਖੋਤੇ ਨੇ, ਕੈਪਟਨ ਨੂੰ ਵੀ ਲਾ ਤਾ ਅਤੇ ਜੇ ਹੁਣ ਚੰਨੀ ਸਾਹਿਬ ਨੂੰ ਲਿਆਂਦਾ ਮਨ ਚੱਲੀ ਸੀਗੀ ਚਾਲ ਅਤੇ ਹੁਣ ਚੰਨੀ ਨੂੰ ਲਾਉਣ ਦੀ ਕੋਸ਼ਿਸ਼ ਕਰਦਾ ਪਿਆ ਅਤੇ ਹੁਣ ਇਸ ਵੇਲੇ ਆਪਣਾ ਦਿਮਾਗ ਬਦਲਿਆ ਪਿਆ। ਮੈਂ ਕਹਿੰਦਾ ਰੋਲ ਤੂੰ ਰਿਜ਼ਾਈਨ ਦੇ ਆਪਣਾ, ਨਾਲੇ ਮਾਂ ਨੂੰ ਜਾਇਆ ਇਟਲੀ ਅਤੇ ਅਸੀਂ ਨਾ ਆਪਣੇ ਦੇਸ਼ ਆਪੇ ਸਾਂਭਲਾਂਗੇ, ਸਭ ਤੋਂ ਪਹਿਲਾਂ ਸਿੱਧੂ ਚੁੱਕ ਕੇ ਅੰਦਰ ਜਾਵਾਂਗੇ। ਇਸ ਬੰਦੇ ਨੇ ਗੰਦ ਪਾਇਆ ਕਾਂਗਰਸ ਵਿੱਚ ਹੀ ਨਹੀਂ, ਸਾਰੇ ਦੇਸ਼ ਕਦੇ ਭਾਜਪਾ ਜਾ ਕੇ ਗੰਦ ਪਾਉਂਦਾ, ਕਦੇ ਕੈਪੀਟਲ ਕਮਿਸ਼ਨ ਜਾ ਗੰਦ ਪਾਉਂਦਾ, ਜਿਸ ਜਾਂਦਾ ਗੰਦ ਹੀ ਪਾਉਂਦਾ। ਉਹ ਸਭ ਤੋਂ ਦੁਨੀਆ 'ਚ ਗੰਦਾ ਇਨਸਾਨ ਹੈ ਉਹ ਸਿੱਧੂ, ਸਾਰਾ ਪ੍ਰੈਸ ਮੀਡੀਆ ਦੇ ਖਿਲਾਫ਼ ਹੈ। ਇਸ ਕਰਕੇ ਸਿੱਧੂ ਬਾਰੇ ਮੈਂ ਜਲਦੀ ਕੇਸ ਪਾ ਰਿਹਾ, ਹੋਰ ਸਾਰੇ ਸੰਸਾਰ ਦੇ ਲੋਕਾਂ ਨਾਲ ਲੈ ਕੇ ਇਹਨੂੰ ਦੇਸ਼ ਨਿਕਾਲਤਾ ਜਾਏਗਾ ਅਤੇ ਚੱਕੀ ਪਿੱਸੇਗਾ ਅਤੇ ਜੇਲ ਸਖ਼ਤ ਸਜ਼ਾ ਦਿੱਤੀ ਜਾਏਗੀ। ਅੱਗੇ ਅੱਗੇ ਹੈਦਰਾਬਾਦ, ਮੋਦੀ ਦੇ ਸਵਾਗਤ ਲਈ ਵਾਈਟ ਤਰਫ ਜੇ ਕੇ ਅਸੀਂ ਆਰ, ਵਾਹ ਵਾਹ ਬੋਲੇ ਸੋਨੇ ਆਪ, ਸਤਿ ਸ਼੍ਰੀ ਅਕਾਲ। ਅਤੇ ਪਹਿਲਾਂ ਪੰਜਾਬ 'ਚ ਆਇਆ ਅਤੇ ਜੰਨੀ ਸਾਹਿਬ ਨਹੀਂ ਗਏ ਸਵਾਗਤ ਲਈ, ਅਤੇ ਹੁਣ ਉੱਥੇ ਗਿਆ ਹੈਦਰਾਬਾਦ 'ਚ, ਉੱਥੇ ਕੋਈ ਸਵਾਗਤ ਲਈ ਨਹੀਂ ਆਇਆ, ਕੁਰਸੀਆਂ ਜਾਂਦਾ ਖਾਲੀ ਹੁੰਦੀਆਂ ਨੇ, ਰੱਬ ਵੀ ਬਾਰਿਸ਼ ਪਾ ਦਿੰਦਾ, ਧੁੰਦਾ ਵੀ ਪਾ ਦਿੰਦਾ। ਸੋ ਮੋਦੀ ਜਿਹੜਾ ਰੱਬ ਦੀ ਨਜ਼ਰਾਂ ਵਿੱਚ ਹੀ ਨਹੀਂ, ਸਾਰੇ ਸਾਰੀ ਨਜ਼ਰਾਂ 'ਚ ਮਾਰ ਚੁੱਕਾ ਹੋਇਆ, ਚਲ ਜਲਦੀ ਫਿਰਦੀ ਲਾਸ਼ ਹੀ ਹੈ। ਅਤੇ ਅੱਗੇ ਆ ਗਿਆ ਜੰਮੂ ਕਸ਼ਮੀਰ ਦੇ ਅਸੈਂਬਲੀ ਹਲਕਿਆਂ 'ਚ ਵੱਡੇ ਫੇਰਬਦਲ ਤਜਵੀਜ਼, ਇਹਦੇ ਮਗਰ ਵੀ ਭਾਜਪਾ ਦੀ ਚਾਲ ਹੈ ਭਾਅ ਜੀ, ਇੰਨੀ ਵਾਰੀ ਚਾਲਾਂ ਚੱਲ ਲਓ, ਤੁਹਾਡੀ ਜਿਹੜੀ ਸਿਆਸੀ ਮੌਤ ਹੋ ਚੁੱਕੀ ਹੈ ਅਤੇ ਹੁਣ ਮੁਸਲਮਾਨਾਂ ਨੇ, ਸਿੱਖਾਂ ਨੇ, ਜੈਨੀਆਂ ਨੇ, ਬੋਧੀਆਂ ਨੇ, ਹਿੰਦੂਆਂ ਨੇ, ਸਭ ਇਕੱਠੇ ਹੋ ਕੇ ਦੇਸ਼ ਨੂੰ ਸਰਬ ਬਣਾਉਣਾ ਹੈ। ਔਰ ਜਿਸ ਦਿਨ ਭਾਜਪਾ ਰਾਜ ਖਤਮ ਹੋਣਾ ਹੈ, ਇਸ ਦੇਸ਼ 'ਚ ਬੜੀ ਵੱਡੀ ਪੱਧਰ 'ਤੇ ਦੀਵਾਲੀ ਮਨਾਈ ਜਾਏਗੀ, ਹੁਣ ਸਾਲ ਦੋਹਰੀ ਦੁਹਾਰੀ ਆਇਆ ਕਰੇਗੀ। ਸੜਕ ਹਾਦਸੇ 'ਚ ਚਾਰ ਨਰੇਗਾ ਮਜ਼ਦੂਰਾਂ ਦੀ ਮੌਤ, ਇੱਕ ਗੰਭੀਰ ਜ਼ਖਮੀ, ਬੜਾ ਅਫਸੋਸ ਹੈ ਭਾਈ, ਉੱਤੋਂ ਇੰਨੀ ਠੰਡ, ਉੱਤੋਂ ਜਾ ਰਹੇ ਮਜ਼ਦੂਰ ਅਤੇ ਸੰਸਾਰ ਤੋਂ ਚੱਲ ਬਸੇ ਨੇ। ਵਾਹਿਗੁਰੂ ਇਹਨਾਂ ਦੀ ਆਤਮਾ ਨੂੰ ਚਰਨ ਨਿਵਾਸ ਬਖਸ਼ੇ ਅਤੇ ਇਹਨਾਂ ਵਾਸਤੇ ਵੱਧ ਤੋਂ ਮੁਆਵਜ਼ਾ ਸਰਕਾਰ ਦੇਵੇ, ਜੇ ਸਰਕਾਰ ਭੁੱਖੀ ਰਹਿੰਦੀ ਹੈ ਅਤੇ ਸਾਰੇ ਗੁਰੂ ਦੇ ਸਿੱਖ, ਮੁਸਲਮਾਨ, ਜੈਨੀ, ਬੋਧੀ, ਪਾਰਸੀ ਅਸੀਂ ਇਕੱਠੇ ਕਰਕੇ ਪੈਸੇ ਦੇ ਦਿਆਂਗੇ ਅਤੇ ਆਪਣਾ ਅਕਾਊਂਟ ਨੰਬਰ ਦੱਸ ਦਿਓ, ਕੋਈ ਨਾ ਕੋਈ ਸਾਰੇ ਹਿੱਸਾ ਪਾ ਦਿਆਂਗੇ, ਸਰਕਾਰ ਨਾਲ ਵੱਧ ਹੀ ਮੁਆਵਜ਼ਾ ਦਿਆਂਗੇ, ਦੇਸ਼ ਨੂੰ ਅਸੀਂ ਆਪੇ ਰਾਲੀ ਚਲਾ ਲਿਆ ਕਰਾਂਗੇ, ਹੁਣ ਸਾਨੂੰ ਸਰਕਾਰਾਂ ਦਾ ਕੋਈ ਆਸ ਨਹੀਂ। ਮੈਂ ਚੰਨੀ ਸਾਹਿਬ ਨਾਲ ਗੱਲ ਕਰਕੇ ਇਹਨਾਂ ਨੂੰ ਮੁਆਵਜ਼ਾ ਦਵਾਈ ਦੇਣਾ ਅਤੇ ਕਡਵਲ ਸਾਹਿਬ ਅੱਜ ਨਾਲ ਅੱਜ ਕੱਲ੍ਹ ਮੇਰੀ ਬੜੀ ਪਿਆਰ ਮੁਹੱਬਤ ਹੈ, ਇਹਨਾਂ ਨੇ ਕਹਿਣਾ ਭਾਈ ਆਪਾਂ ਉਹ ਵੀ ਪੈਸੇ ਇਕੱਠੇ ਕਰਕੇ ਨਾ ਅਤੇ ਕੁਝ ਰਾਸ਼ਨ ਅਤੇ ਇਹਨਾਂ ਦੇ ਘਰਾਂ ਪਹੁੰਚਾਈਏ। ਜੰਮੂ ਕਸ਼ਮੀਰ ਵਿੱਚ ਭੁਚਾਲ ਦੇ ਝਟਕੇ, ਭਾਈ ਇਹਦਾ ਹੁਣ ਕੁਦਰਤ ਵੱਲੋਂ ਇਹਦੇ 'ਚ ਮੈਂ ਕੋਈ ਨਹੀਂ ਕਰ ਸਕਦਾ, ਸਿਪਾਹੀਸ਼ਾਹ ਜਗ੍ਹਾ ਜਾਂਦਾ ਰੱਖ ਲੈ ਆਪਣੀ ਕਿਰਪਾਧਾਰ। ਅੱਗੇ ਅੱਗੇ ਆ ਗਿਆ
ਇਹ ਮੇਰਾ ਹਲਬੈਗ ਵੇਚ ਦੇ ਚਲੀ ਗਿਆ। ਹਾਂਜੀ ਪੰਜਾਬ ਚੋਣਾਂ 'ਚ ਕਾਂਗਰਸ ਦੇ ਮੁੱਖ ਮੰਤਰੀ ਜਿਹੜੇ ਦਾ ਐਲਾਨ ਅੱਜ ਜੋ ਵੀ ਐਲਾਨ ਹੋਣਾ ਇਹਨੇ ਕਾਂਗਰਸ ਵੋਟੀ ਪਾਣੀ ਹੈ ਅਤੇ ਰਾਹੁਲ ਗਾਂਧੀ ਨੂੰ ਮੈਂ ਪਾ ਦੇਣਾ ਕੇਸ ਇਹਨੇ ਫੁੱਟ ਪਵਾਈ ਹੈ ਅਤੇ ਇਹਦੇ ਮਾਨ ਦੇਸ਼ ਨਿਕਾਲਾ ਦਿਓ। ਪ੍ਰਕਾਸ਼ ਕੁਮਾਰ ਬਾਦਲ ਨੂੰ ਫੋਰਟਿਸ ਹਸਪਤਾਲ ਛੁੱਟੀ ਮਿਲੀ, ਭਾਈ ਤੂੰ ਹਸਪਤਾਲ ਹੀ ਰਹਿੰਦਾ ਚੰਗਾ ਰਹਿੰਦਾ, ਚੱਲ ਹੁਣ ਘਰ ਹੀ ਬੈਠਾ ਰਵੀ ਅਤੇ ਬਾਹਰ ਨਾ ਵੀ ਠੰਡ ਬੜੀ ਆ ਅਤੇ ਜਾਂ ਮੋਦੀ ਦੇ ਨਾਲ ਇੱਕ ਰਜਾਈ 'ਚ ਬਹਿ ਜਾਓ ਅਤੇ ਬਾਕੀ ਆਰਾਮ ਚਾਹ ਸ਼ਾਹ ਪੀ ਚਲ ਕੇ ਮੋਦੀ ਆ ਚਾਹ ਲਾਈ ਹੈ ਨਾ ਅਤੇ ਬਸ ਇਸ ਤੋਂ ਉੱਤੇ ਤੁਹਾਡੀ ਔਕਾਤ ਆਈ ਦੋਵਾਂ ਦੀ। ਜੰਮੂ ਕਸ਼ਮੀਰ ਭੁਚਾਲ ਦੇ ਝਟਕੇ, ਬੜਾ ਅਫਸੋਸ ਹੈ ਭਾਈ ਸੱਚਾ ਪਾਤਸ਼ਾਹ ਸਾਹਿਬ ਦੀ ਰਾਖੀ ਕਰਨਾ। ਪਾਕਿਸਤਾਨ 'ਚ ਵੀ 5.9 ਤੀਬਰਤਾ ਭੁਚਾਲ ਆਇਆ, ਸੱਚਾ ਪਾਤਸ਼ਾਹ ਸਾਹਿਬ ਦੀ ਰੱਖਿਆ ਕਰੀ, ਪਾਕਿਸਤਾਨ ਵੀ ਸਾਡੇ ਭਾਈ ਭੈਣ ਦੱਸਦੇ ਨੇ। ਪ੍ਰਾਈਵੇਟ ਬਿੱਲ ਰਾਹੀਂ ਸੰਵਿਧਾਨ ਦੀ ਪ੍ਰਸਤਾਵਨਾ 'ਚ ਸੋਧ ਬਾਰੇ ਫੈਸਲਾ ਚੀਜ਼ ਨਹੀਂ ਲੈ ਸਕਦੀ ਹਰੀਵੰਸ਼, ਇਹਦੇ ਮਗਰ ਚਾਲ ਹੈ ਲੈ ਸਕਦੀ ਹੈ। ਸੰਵਿਧਾਨ ਜਿਹੜਾ ਉਹਦੇ 'ਚ ਕੁਝ ਇਹੋ ਜਿਹੀਆਂ ਕਮੀਆਂ ਪਾਈਆਂ ਨੇ, ਉਹ ਸੁਧਾਰ ਹੋਣਾ ਹੀ ਚਾਹੀਦਾ। ਸੀਨੀਅਰ ਪੱਤਰਕਾਰ ਪੀ ਟੀ ਰੰਜਨ ਦਾ ਦਿਹਾਂਤ, ਬੜਾ ਅਫਸੋਸ ਹੈ ਸੱਚਾ ਪਾਤਸ਼ਾਹ ਮਿਸ਼ਰੀ ਆਤਮਾ ਨਿਵਾਸ ਬਖਸ਼ੇ ਅਤੇ ਜਦੋਂ ਮੈਨੂੰ ਪਤਾ ਲੱਗਾ ਭੋਗ ਬਾਰੇ ਤਾਂ ਜ਼ਰੂਰ ਪਹੁੰਚੇਗਾ। ਅਤੇ ਅੱਗੇ ਆ ਗਈ ਖਬਰ, 60 ਵਿਧਾਇਕ ਬਣਾ ਸਕਣ ਵਾਲਾ ਹੋਵੇ ਮੁੱਖ ਮੰਤਰੀ ਚਿਹਰਾ, ਤੂੰ 60 ਹਜ਼ਾਰ ਬਣਾ ਲੈ ਤੂੰ ਭਾਈ ਜਲਦੀ ਫਿਰਦੀ ਲਾਸ਼ ਹੈ। ਮੈਂ ਬੜੀ ਦੇਰ ਪਹਿਲਾਂ ਵੀਡੀਓ ਪਾ ਦਿੱਤੀ ਸੀ, ਇੱਕ ਲਾਸ਼ ਇੱਦਾਂ ਇਕੱਲਾ ਨਾ ਕਰਿਆ ਕਰੇ, ਲਾਸ਼ ਦਾ ਸੰਸਕਾਰ ਹੀ ਹੁੰਦਾ ਅਤੇ ਇੱਕ ਦਿਨ ਸੰਸਕਾਰ ਹੋ ਹੀ ਜਾਣਾ, ਪਰ ਸਿਆਸੀ ਤੌਰ 'ਤੇ ਸੰਸਕਾਰ ਹੋ ਚੁੱਕਾ। ਬਾਦਲ ਪੁੱਤਰ ਮੋਜ ਫਸੇ ਭ੍ਰਿਸ਼ਟਾਚਾਰ, ਬਸ ਤੈਨੂੰ ਨਾ ਯਬੜੀਆਂ ਮਾਰੀਆਂ ਆਉਂਦੀਆਂ ਨੇ ਅਤੇ ਲੱਛੇਦਾਰ ਬੋਲ ਸਕਦਾ ਬਿਲਕੁਲ ਮੋਦੀ ਦਾ ਭਾਈ ਹੈ ਅਤੇ ਮੋਦੀ ਤੂੰ ਅਤੇ ਬਾਦਲ ਨੇ ਇੱਕ ਰਜਾਈ 'ਚ ਵਾੜ ਜਾਓ ਅਤੇ ਆਪਣਾ ਅੱਗ ਸੇਕੀ ਚਲੋ, ਚਾਹ ਪੀ ਵੀ ਚਲੋ ਅਤੇ ਇੰਨੀ ਚਾਹ ਪੀ ਹੋਈ ਬਸ ਚਾਹ ਪੀ ਵੀ ਕੇ ਤੁਹਾਡਾ ਪੱਠਾ ਬਹਿ ਜਾਣਾ ਅਤੇ ਇਸ ਕਰਕੇ ਨਾ ਅਤੇ ਬੰਦਾ ਤੂੰ ਇੰਨਾ ਕੁਆਲਿਟੀ ਦਾ ਨਹੀਂ ਹੈਗਾ, ਖੋਤਾ ਇੱਕ ਨੰਬਰ ਦਾ। ਜੰਮੂ ਕਸ਼ਮੀਰ ਦੇ ਅਸੈਂਬਲੀ ਹਲਕਿਆਂ 'ਚ ਵੱਡੇ ਫਿਰੋ ਚੀਜ਼, ਇਹਦੇ ਮਗਰ ਵੀ ਕੋਈ ਭਾਜਪਾ ਚਾਲ ਹੈ ਪਰ ਭਾਜਪਾ ਦੀ ਸਿਆਸੀ ਮੌਤ ਹੋ ਚੁੱਕੀ ਹੈ। ਰਾਹੁਲ ਗਾਂਧੀ ਖਿਲਾਫ਼ RSS ਬਣ ਕੇ ਇਸ ਦਾ ਸੁਣਾਈ ਦਿਓ, ਇਹ ਸੁਣਾਈ ਰਾਹੁਲ ਗਾਂਧੀ ਨੇ ਜਿੱਤਣਾ ਅਤੇ ਰਾਹੁਲ ਗਾਂਧੀ ਨਹੀਂ ਆਏਗੀ, ਇਨਸਾਫ਼ ਨੇ ਜਿੱਤਣਾ। ਹੈਦਰਾਬਾਦ ਮੋਦੀ ਸਵਾਗਤ ਲਈ ਵਾਈਟ ਦੇ ਪੁੱਜਣ, ਬੜੇ ਆਬਰੂ ਹੋ ਕਰ ਤੇਰੇ ਕੁਝ ਸਿਰ ਨਿਕਲੇ, ਹੁਣ ਮੋਦੀ ਦੀ ਬੇਇੱਜ਼ਤੀ ਬਹੁਤ ਹੋ ਰਹੀ ਹੈ ਅਤੇ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ, ਜੇ ਕੋਈ ਹੋਰ ਬੇਇੱਜ਼ਤੀ ਹੋਣੀ ਚਾਹੀਦੀ ਹੈ ਹੋਰ ਖੁਸ਼ੀ ਹੋਏਗੀ। ਅਤੇ ਅੱਜ ਦੀਪਮਾਲਾ ਕੀਤੀ ਜਾ ਸਾਰੇ ਘਰਾਂ 'ਚ ਕਿਉਂਕਿ ਮੋਦੀ ਸਿਆਸੀ ਤੌਰ 'ਤੇ ਮਰ ਚੁੱਕਾ ਹੋਇਆ। ਜਾਂਚ ਏਜੰਸੀਆਂ ਨੂੰ ਉਹਦੀਆਂ ਖਿਲਾਫ਼ ਵਰਤ ਰਹੀ ਹੈ ਭਾਜਪਾ ਕਰੀ ਆਹ ਬੱਲੇ ਸ਼ੇਰ ਬੱਚਾ, ਸੜਕ ਹਾਦਸੇ ਯਾਦ ਨਿਰਗਮ ਦੂਰਾਂ ਦੀ ਮੌਤ, ਤੁਹਾਡਾ ਬੜਾ ਅਫਸੋਸ ਹੈ ਅਤੇ ਮੈਨੂੰ ਪਤਾ ਲੱਗੇ ਮੈਂ ਜ਼ਰੂਰ ਪਤਾ ਕਰਕੇ ਆਵਾਂਗਾ ਅਤੇ ਹੋਰ ਨਾਲ ਲੈ ਜਾਵਾਂਗਾ। ਪੀੜਤ ਮੁਆਵਜ਼ੇ ਛੱਡੋ, ਇਹਨਾਂ ਕਿਸੇ ਨਹੀਂ ਦੇਣੀ ਨੌਕਰੀ, ਅਸੀਂ ਆਪੇ ਤੁਹਾਡੇ ਘਰ ਆ ਕੇ ਨਾ ਤੁਹਾਡਾ ਕੋਈ ਸੋਚ ਦਿੰਦੇ ਹਾਂ ਅਤੇ ਮੈਂ ਚੰਨੀ ਸਾਹਿਬ ਨਾਲ ਲੈਣ ਅਤੇ ਕੋਈ ਨਾ ਕੋਈ ਤੁਹਾਡਾ ਕਰ ਹੀ ਦੇਣਾ। ਵਾਹਿ ਖਾਲਸਾ ਵਾਹਿ ਫਤਿਹ। ਸੀ ਫਰੰਟ ਔਰ ਬੈਕ ਪੇਜ ਦੀ ਸਮੀਖਿਆ ਬਾਕੀ ਹੁਣ ਕਰ ਦਿੰਦੇ ਹਾਂ ਅਤੇ ਮਨ ਕੀ ਬਾਤ ਪਾੜ ਲਵਾਨੇ, ਫਿਰ ਮਿਲਦੇ ਹੈ ਬ੍ਰੇਕ ਕੇ ਬਾਅਦ, ਮੈਂ ਜਰਾ ਇਸ਼ਨਾਨ ਕਰ ਲਵਾਂ ਅਤੇ ਜਿਹੜਾ ਮੇਰਾ ਨਿਤਨੇਮ ਰਹਿੰਦਾ। ਬਾਕੀ ਭਾਈ ਦਿੰਦੇ ਸੁਹਾਣੇ ਵਾਲਿਆਂ ਜਿਹੜੀਆਂ ਦਿੱਤੇ ਸੀ ਉਹ ਹੋ ਚੁੱਕੇ ਨੇ ਸੱਚੇ ਪਾਤਸ਼ਾਹ ਨੇ ਅਤੇ ਹੁਣ ਮਨ ਦਾ ਬੜਾ ਟਿਕਾਅ ਬਣਿਆ ਹੋਇਆ, ਅਸੀਂ ਆਨੰਦ ਵਿੱਚ ਹਾਂ ਅਤੇ ਮੋਦੀ ਜਿੱਤ ਕੇ ਵੀ ਹਾਰਿਆ, ਇਹ ਹਾਰ ਕੇ ਵੀ ਹਾਰਿਆ, ਬਾਕੀ ਸਿਆਸੀ ਬੰਦਿਆਂ ਦਾ ਸਵਾਇਆ ਹੁਣ ਹੋ ਹੀ ਜਾਣਾ ਅਤੇ ਸੁਰਜੀਤ ਸਿੰਘ ਅਤੇ ਰਲ ਕੇ ਚੰਨੀ ਜਿਹਨਾਂ ਸਭ ਦੀ ਆਕੜ ਬੰਨੀ। ਵਾਹਿਗੁਰੂ ਖਾਲਸਾ ਜੀ ਫਤਿਹ।